ਦੇਖੋ ਇਸ ਦੇ ਬਾਰੇ ਤਾਂ ਉਹੀ ਦੱਸ ਸਕਦੇ ਆ ਕਿ ਉਹ ਕਿਸ ਕਿਉਂ ਸ਼ਾਮਿਲ ਹੋਇਆ, ਕੀ ਕਾਰਨ ਸੀਗੇ, ਪਰ ਮੈਂ ਤਾਂ ਉਹਨਾਂ ਨੂੰ ਮੁਬਾਰਕਬਾਦ ਹੀ ਦੇ ਸਕਦੀ ਹਾਂ ਕਿ ਜੇ ਉਹ ਇੱਕ ਨਵੀਂ ਪਾਰੀ ਸ਼ੁਰੂ ਕਰਨ ਜਾ ਰਿਹਾ ਕਿਸੇ ਹੋਰ ਪਾਰਟੀ ਦੇ ਵੱਲੋਂ, ਪਰ ਇੱਕ ਥੋੜ੍ਹਾ ਜਿਹਾ ਗਿਲਾ ਵੀ ਉਹਨਾਂ ਨਾਲ ਰਹੇਗਾ ਕਿ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਛ ਦਿੱਤਾ। ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਸੀ ਪੰਜਾਬ ਲਈ, ਔਰ ਸ਼ਾਇਦ ਬਿੱਟੂ ਜੀ ਨੇ ਉਹਨੂੰ ਆਪਣੇ ਦਿਮਾਗ 'ਚੋਂ ਆਪਣੇ ਦਿਲੋਂ ਕੱਢ ਦਿੱਤਾ। ਕਾਂਗਰਸ ਦੇ ਇੱਕ ਮਜ਼ਬੂਤ ਸਿਪਾਹੀ ਹੋ ਕੇ ਬੇਅੰਤ ਸਿੰਘ ਜੀ ਨੇ ਸਾਡੇ ਪੰਜਾਬ ਲਈ ਸ਼ਹੀਦੀ ਦਿੱਤੀ। ਕਾਂਗਰਸ ਦੇ ਵੱਡੇ ਲੀਡਰ ਹੋ ਕੇ ਉਹ ਉਹਨਾਂ ਨੇ ਕਾਂਗਰਸ ਨੂੰ ਉਸ ਟਾਈਮ ਦੇ ਵਿੱਚ ਸੰਭਾਲਿਆ ਸੀਗਾ, ਉਸ ਟਾਈਮ ਦੇ ਵਿੱਚ ਮੁੱਖ ਮੰਤਰੀ ਬਣੇ ਸੀ ਜਦੋਂ ਅੱਤਵਾਦ ਦਾ ਜ਼ੋਰ ਸੀਗਾ, ਅਤੇ ਸਮਝ ਨਹੀਂ ਆਇਆ। ਕੱਲ੍ਹ ਤੱਕ ਤਾਂ ਉਹਨਾਂ ਨਾਲ ਗੱਲ ਹੁੰਦੀ ਰਹੀ ਸੀਗੀ, ਇੱਕ ਦਿਨ 24 ਘੰਟੇ ਦੇ ਵਿੱਚ ਕੀ ਬਦਲਿਆ ਕਿ ਬੀਜੇਪੀ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਉਹ ਬੀਜੇਪੀ ਨੂੰ ਹੀ ਜੁਆਇਨ ਕਰ ਗਏ। ਸੋ ਉਹਨਾਂ ਦੀ ਇੱਛਾ ਆ, ਉਹਨਾਂ ਨੂੰ ਕੁਛ ਠੀਕ ਲੱਗਿਆ ਹੋਣਾ ਤਾਂ ਉੱਧਰ ਚਲੇ ਗਏ। ਕਿਵੇਂ ਦੇਖਦੇ ਹੋ ਕਾਂਗਰਸ ਦੇ ਕੱਟਣ ਲੀਡਰ ਸੀਗੇ ਬਿੱਟੂ ਜੀ, ਬੇਅੰਤ ਸਿੰਘ ਜੀ ਦੇ ਪਰਿਵਾਰ ਤੋਂ ਸੀਗੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ, ਸ਼ਹੀਦੀ ਵੀ ਦਿੱਤੀ, ਉਹਨਾਂ ਨੇ ਬੰਬ ਤੱਕ ਆਪਣੇ ਸੀਨੇ 'ਤੇ ਸਹੇ ਸੀਗੇ, ਪਰ ਅੱਜ ਉਹ ਕੱਟੜ ਇਮਾਨਦਾਰ ਕਾਂਗਰਸੀ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਗਏ। ਦੇਖੋ ਫਿਰ ਜੇ ਤੁਸੀਂ ਕੱਟੜ ਦੀ ਗੱਲ ਕਰਦੇ ਹੋ ਤਾਂ ਜੇ ਇਹ ਪੈਮਾਨੇ ਹੈ ਦੂਸਰੀ ਪਾਰਟੀ 'ਚ ਜਾਣਾ ਜਾਂ ਕੁਛ ਕਰਨਾ, ਤਾਂ ਫਿਰ ਉਹ ਕੱਟੜ ਨਹੀਂ ਸੀਗੇ, ਫਿਰ ਉਹ ਓਪਰਚੁਨਿਸਟ ਹੋਣੇ ਆ। ਵੀ ਜਦੋਂ ਤੱਕ ਪਾਰਟੀ ਉਹਨਾਂ ਨੂੰ ਬਹੁਤ ਕੁਛ ਦੇ ਰਹੀ ਸੀਗੀ ਉਦੋਂ ਤੱਕ ਉਹ ਕਾਂਗਰਸ 'ਚ ਸੀਗੇ, ਅਤੇ ਨਹੀਂ ਕੁਛ ਲੱਗਿਆ ਹੋਣਾ ਅੱਜ ਉਹਨਾਂ ਨੂੰ ਕਿ ਪਾਰਟੀ ਕੁਛ ਦੇ ਨਹੀਂ ਪਾ ਰਹੀ ਤਾਂ ਦੂਸਰੇ ਪਾਸੇ ਸ਼ਿਫਟ ਕਰ ਗਏ। ਮੈਨੂੰ ਲੱਗਦਾ ਜਿਹੜੇ ਲੋਕ ਸਭਾ ਦੀਆਂ ਚੁਣਾਵ ਆ ਜਿੱਦਾਂ ਲੁਧਿਆਣੇ ਤੋਂ ਲੜਦੇ ਸੀ, ਵੀ ਲੱਗਦਾ ਸੀ ਵੀ ਕਾਂਗਰਸ ਤੋਂ ਵੀ ਸੰਯੋਗ ਨਹੀਂ ਮਿਲੇਗਾ, ਇਸ ਕਰਕੇ ਬੀਜੇਪੀ 'ਚ ਚਲੇ ਗਏ ਹੈ। ਨਹੀਂ, ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ, ਜਿੰਨੀਆਂ ਤੁਸੀਂ ਪਿੱਛੇ ਤੁਸੀਂ ਵੀ ਉਹਨਾਂ ਦੀ ਮੀਡੀਆ ਕੈਪਚਰ ਕੀਤੀਆਂ ਹੋਣੀਆਂ, ਜਿੰਨੀਆਂ ਉਹਨਾਂ ਨੇ ਮੀਟਿੰਗਸ ਕੀਤੀਆਂ ਹੈਗੀਆਂ, ਆਲਰੇਡੀ ਹਰੇਕ ਜਿਹੜੇ MLA ਕਾਂਗਰਸ 'ਤੇ ਰਹੇ ਹੈਗੇ, ਐਕਸ MLA ਆ ਜਾਂ ਪਾਰਟੀ ਅਹੁਦੇ ਆ ਰਿਹਾ, ਸਭ ਨੇ ਉਹਨਾਂ ਨੂੰ ਸਾਥ ਦਿੱਤਾ ਆ। ਈਵਨ ਕਿ ਮੈਂ ਹੀ ਪਿਛਲੇ ਹਫ਼ਤੇ ਤੁਸੀਂ ਵੀ ਸੀਗੇ ਉਹਨਾਂ ਦੇ ਨਾਲ ਜਾ ਕੇ ਉਦਘਾਟਨ ਵੀ ਕੀਤੇ ਆ, ਅਤੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਲੱਗ ਹੀ ਨਹੀਂ ਰਹੀ ਸੀ। ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਨਾਲ ਕਾਫੀ ਚਿਹਰਾ ਇਹਨਾਂ ਦਾ ਰਹੇ, ਜੇ ਦੋਸਤੀ ਨਹੀਂ ਟੁੱਟੇਗੀ ਲੱਗਦਾ ਵੀ ਦੋਸਤੀ। ਦੇਖੋ ਜਿਹੜੇ ਆਸ਼ੂ ਜੀ ਆ ਨਾ, ਉਹ ਸਭ ਤੋਂ ਅਲੱਗ ਕਿਸਮ ਦੇ ਇਨਸਾਨ ਹੈ, ਉਹ ਕਦੀ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਹੀ ਨਹੀਂ ਹੈਗੇ, ਚਾਹੇ ਜੋ ਮਰਜ਼ੀ ਉਹਨਾਂ ਦੀ ਲੋਕ ਛਵੀ ਬਣਾ ਦੇਣ, ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਆ, ਉਹਨਾਂ ਦੇ ਦੋਸਤ ਮਿੱਤਰ ਆ, ਉਹਨਾਂ ਨੂੰ ਪਤਾ ਆ। ਜੇ ਉਹ ਬਿੱਟੂ ਜੀ ਅੱਜ BJP ਜੁਆਇਨ ਕਰ ਗਏ ਆ, ਤਾਂ ਵੀ ਉਹਨਾਂ ਨੇ ਉਹਨਾਂ ਨੂੰ ਮੁਬਾਰਕਬਾਦ ਹੀ ਦੇਣੀ ਹੈ। ਸਾਡੀ ਪਾਰਟੀ ਹੈ ਕਾਂਗਰਸ, ਅਸੀਂ ਕਾਂਗਰਸ ਲਈ ਜਾਂ ਆਸ਼ੂ ਜੀ ਜਾਂ ਸਾਡੀ ਹਾਈਕਮਾਂਡ ਕਾਂਗਰਸ ਲਈ ਕੀ ਕਰ ਸਕਦੇ ਹੋ ਅਸੀਂ ਦੇਖਾਂਗੇ। ਦੋਨਾਂ ਚੋਂ ਕੁਐਸਚਨ ਕਿਹਦਾ ਹੈ? BJP ਜਾਣਗੇ, ਲੋਕ ਕਹਿ ਰਹੇ ਬਿੱਟੂ ਦੇ ਨਾਲ ਹੀ BJP 'ਚ ਵੀ ਆਸ਼ੂ ਵੀ BJP 'ਚ ਜਾਣਗੇ। ਕਿਉਂ ਜਾਣਗੇ, ਕਾਹਦੇ ਲਈ ਜਾਣਗੇ? ਮੈਂ Day 1 ਤੋਂ ਇੱਕ ਗੱਲ ਕਹਿ ਰਹੀ ਹਾਂ ਕਿ ਆਸ਼ੂ BJP 'ਚ ਨਹੀਂ ਜਾਣਗੇ। ED ਦਾ ਡਰ ਲੱਗਦਾ ਬਿੱਟੂ ਜੀ ਨੂੰ ਹੁਣ? ਇਹ ਬਿੱਟੂ ਜੀ ਦੱਸ ਸਕਦੇ ਆ, ਮੈਨੂੰ ਤਾਂ ਨਹੀਂ ਪਤਾ। ਲਗਾਤਾਰ ED ਦਾ ਦਬਾਅ ਬਣ ਰਿਹਾ ਸੀ, ਜੇ ED ਦਾ ਦਬਾਅ ਬਣ ਰਿਹਾ ਸੀਗਾ, ਅਸੀਂ ਤਾਂ ED ਨੂੰ ਫੇਸ ਕਰ ਲਿਆ ਹੈਗਾ, ਅਤੇ ਜੇ ਕਿਸੇ ਨੂੰ ਕੁਛ ਲੱਗਦਾ ਹੈਗਾ ਆ, ਪਰ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ। ਅੱਛਾ ਮੈਮ, ਦੇਖਿਆ ਜਾਵੇ ਜਿੱਦਾਂ ਲੋਕ ਸਭਾ ਦੀਆਂ ਕੈਂਡੀਡੇਟ ਉਹਨੂੰ ਲੁਧਿਆਣੇ ਦੇ ਆਪਣੇ ਆਸ਼ੂ ਜੀ ਨੇ, ਲੱਗਦਾ ਸੀ ਤਿਆਰੀਆਂ ਨੇ MP ਦੀਆਂ? ਬਿਲਕੁਲ ਕੁਛ ਨਹੀਂ ਹਾਲੇ, ਕੁਛ ਵੀ ਗੱਲ ਨਹੀਂ। ਔਰ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ, ਅੱਜ ਵੀ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਕੈਂਡੀਡੇਟਸ ਦੀ, ਉਹਦੇ ਵਿੱਚ ਡਿਸਕਸ਼ਨ ਹੀ ਨਹੀਂ ਹੈਗੀ। ਇਹ ਤਾਂ ਇੱਕੋ ਦਮ ਸਿਨੈਰੀਓ ਚੇਂਜ ਹੋਇਆ ਹੈ ਕਿ ਬਿੱਟੂ ਜੀ BJP 'ਚ ਗਏ ਹੈ, ਹਾਲੇ ਤੱਕ ਕੁਛ ਵੀ ਐਸਾ ਔਨ ਗਰਾਊਂਡ ਨਹੀਂ ਹੈ। ਠੀਕ ਹੈ।